ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀ ਵੀ। ਏਵਨ ਪੰਜਾਬੀ ਟੀ ਵੀ ਦੇ ਬਹੁਤ ਖਬਰਾਂ ਜਿਹੜੀਆਂ ਨਸ਼ਰ ਹੁੰਦੀਆਂ ਨੇ, ਲੇਕਿਨ ਜੇਕਰ ਆਪਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਗੱਲ ਕਰੀਏ, ਜੋ ਬਤੌਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਮਾਸ਼ਾਅੱਲਾ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ, ਜੇ ਉਹਨਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਗੁਰਨਾਮ ਸਿੰਘ ਚੰਡੂਨੀ ਨੇ ਇੱਕ ਬਹੁਤ ਵੱਡਾ ਉਹਨਾਂ ਦੇ ਉੱਪਰ ਆਰੋਪ ਲਗਾਇਆ ਨੇ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਬੀਜੇਪੀ ਦੇ ਏਜੰਟ ਨੇ, ਬੀਜੇਪੀ ਦੇ ਏਜੰਟ ਨੇ। ਔਰ ਉਸ ਦਾ ਪਲਟਵਾਰ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਵੀ ਕਹਿਤਾ ਕਿ ਚੰਡੂਨੀ ਸਾਹਿਬ ਜਿਹੜੇ ਨੇ ਉਹ ਬਕਾਇਦਾ ਤੌਰ 'ਤੇ ਅਕਾਲੀਆਂ ਦੇ ਲਈ ਕੰਮ ਕਰਦੇ ਨਜ਼ਰ ਆ ਰਹੇ ਨੇ। ਮਤਲਬ ਕਿਤੇ ਨਾ ਕਿਤੇ ਇਹ ਸਾਰਾ ਹੀ ਇੱਕ ਦੂਜੇ ਦੇ ਉੱਪਰ ਆਰੋਪ ਪ੍ਰਤੀਰੋਪ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੋਇਆ ਹੈ। ਲੇਕਿਨ ਸਵਾਲ ਇੱਥੇ ਹੈ ਕਿ ਨਵੀਂ ਅਪਡੇਟ ਕੀ ਆ? ਮੇਰੇ ਨਾਲ ਫੋਨ ਲਾਈਨ 'ਤੇ ਬਲਜੀਤ ਸਿੰਘ ਦਾਦੂਵਾਲ ਜੀ ਜੁੜ ਚੁੱਕੇ ਨੇ, ਜੋ ਬਤੌਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਜਥੇਦਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਹੋਤਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਨਾਮ ਸਿੰਘ ਚੰਡੂਨੀ ਜੀ ਅੱਜ ਕੱਲ ਬੜਾ ਇਲਜ਼ਾਮ ਲਾ ਰਹੇ ਆ, ਤੁਹਾਨੂੰ ਬੀਜੇਪੀ ਦਾ ਏਜੰਟ ਕਹਿ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ? ਦੇਖੋ ਸਹੋਤਾ ਸਾਹਿਬ ਜੀ, ਮਿਸ ਅੰਡਰਸਟੈਂਡਿੰਗ ਕਿਸੇ ਨੂੰ ਵੀ ਹੋ ਸਕਦੀ ਹੈ, ਮਿਸ ਗਾਈਡ ਕਿਸੇ ਨੂੰ ਵੀ ਕੀਤਾ ਜਾ ਸਕਦਾ ਜੀ। ਅਸਲ 'ਚ ਜਿਹੜਾ ਹੈਗਾ ਗੁਰਨਾਮ ਸਿੰਘ ਚੰਡੂਨੀ ਹੋਣੀ ਇੱਕ ਕਿਸਾਨ ਆਗੂ ਨੇ, ਕਿਸਾਨਾਂ 'ਚ ਕੰਮ ਕਰ ਰਹੇ ਸੀ ਤੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਕਿ ਉਹ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਜੀ। ਪਰ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਸੀਗਾ, ਮੈਨੂੰ ਬਿਆਨ ਦਾ ਜਵਾਬ ਦੇਣਾ ਪਿਆ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਕੁਛ ਬਾਦਲ ਟੋਲਾ ਜਿਹੜਾ ਸੀਗਾ ਉਹ ਆਲੇ ਦੁਆਲੇ ਹੋ ਗਿਆ ਸੀ ਉਹਨਾਂ ਦੇ ਖੱਬੇ ਸੱਜੇ ਜੀ, ਜਿਹਨਾਂ ਨੇ ਉਹਨਾਂ ਨੂੰ ਮਿਸ ਗਾਈਡ ਕੀਤਾ। ਜਿਵੇਂ ਕਿ ਮੇਰੇ ਬਾਦਲਾਂ ਦਾ ਜਿਹੜਾ ਮੇਰੇ ਜ਼ਿਲ੍ਹੇ ਦਾ ਪ੍ਰਧਾਨ ਹੈ ਸਿਰਸੇ ਦਾ ਜੀ, ਤੇ ਸ਼੍ਰੋਮਣੀ ਕਮੇਟੀ ਮੈਂਬਰ ਹੈ ਬਾਦਲਾਂ ਦਾ, ਕੁਝ ਵਰਕਰ ਨੇ ਉਹਨਾਂ ਦੇ, ਉਹਨਾਂ ਨੇ ਜਾ ਕੇ ਜਿਹੜਾ ਸੀ ਗੁਰਨਾਮ ਸਿੰਘ ਚੰਡੂਨੀ ਨੂੰ ਸਿੰਘੂ ਬਾਰਡਰ ਦੇ ਉੱਤੇ ਮਿਸ ਗਾਈਡ ਕੀਤਾ ਸੀਗਾ ਇਹ ਸਾਰੇ ਮਸਲੇ ਬਾਰੇ, ਜਿਹੜਾ ਵਿਜੇ ਸਾਂਪਲਾ ਵਾਲਾ ਮਸਲਾ ਜਿਹੜਾ ਐਪੀਸੋਡ ਵਰਤਿਆ ਸੀ 31 ਤਰੀਕ ਨੂੰ, 31 ਜੁਲਾਈ ਨੂੰ ਜੀ। ਤਾਂ ਉਹਦੇ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਨੇ ਬਿਆਨ ਬਿਨਾਂ ਕਨਫਰਮ ਕੀਤੇ ਜਿਹੜੀਆਂ ਸੀ ਸਾਰੀਆਂ ਗੱਲਾਂ ਜਿਹੜੀਆਂ ਉਹ ਬੋਲ ਦਿੱਤੀਆਂ। ਜਦੋਂ ਉਹਨਾਂ ਦੀ ਮੇਰੇ ਨਾਲ ਗੱਲਬਾਤ ਕੱਲ ਉਹਨਾਂ ਦੀ ਜਰਮਨ 'ਚ ਕਿਸੇ ਗੁਰਮੁਖ ਨਾਲ ਗੱਲਬਾਤ ਹੋ ਰਹੀ ਸੀ ਤਾਂ ਮੈਨੂੰ ਵੀ ਉਹਨਾਂ ਨੇ ਆਪਣੇ ਫੋਨ ਦੇ ਵਿੱਚ ਕਾਨਫਰੰਸ 'ਤੇ ਜੋੜ ਲਿਆ ਸੀਗਾ ਜੀ। ਤਾਂ ਮੇਰੇ ਨਾਲ ਜਦੋਂ ਗੱਲਬਾਤ ਜਿਹੜੀ ਹੋਈ ਉਹ ਗੁਰਮੁਖ ਪਿਆਰਿਆਂ ਨਾਲ ਗੱਲ ਹੋ ਰਹੀ ਸੀ ਉਹਨਾਂ ਦੀ ਜਰਮਨ ਤੋਂ, ਤੇ ਗੁਰਨਾਮ ਸਿੰਘ ਚੰਡੂਨੀ ਨਾਲ ਫਿਰ ਮੇਰੀ ਜਦੋਂ ਗੱਲਬਾਤ ਹੋਈ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਹ ਜਿਹੜੀਆਂ ਗੱਲਾਂ ਨੇ ਤੁਹਾਨੂੰ ਇਹ ਵੇਖਣਾ ਚਾਹੀਦਾ ਕਿ ਤੁਹਾਡੇ ਆਲੇ ਦੁਆਲੇ ਕੌਣ ਬੰਦੇ ਆ ਜਿਹੜੇ ਬੰਦੇ ਮੇਰਾ ਪੰਜਾਬ ਵਿੱਚ ਵੀ ਰਾਹ ਰੋਕਦੇ। ਜੇ ਮੈਂ ਪੰਜਾਬ 'ਚ ਜਾ ਕੇ ਧਰਮ ਪ੍ਰਚਾਰ ਕਰਦਾ ਤੇ ਉੱਥੇ ਮੈਨੂੰ ਕਹਿੰਦੇ ਨੇ ਕਾਂਗਰਸ ਦੇ ਏਜੰਟ ਨੇ, ਕਾਂਗਰਸ ਦੀ ਬੀ ਟੀਮ ਹੈ, ਕਿਉਂਕਿ ਉੱਥੇ ਕਾਂਗਰਸ ਦਾ ਰਾਜ ਹੈ ਜੀ। ਜੇ ਮੈਂ ਹਰਿਆਣੇ ਵਿੱਚ ਕਰਦਾ ਤੇ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ, ਹਰਿਆਣੇ 'ਚ ਮੈਨੂੰ ਕਹਿੰਦੇ ਨੇ ਇਹ ਬੀਜੇਪੀ ਦੇ ਏਜੰਟ ਨੇ, ਆਰ ਐਸ ਐਸ ਦੇ ਏਜੰਟ ਨੇ। ਮੈਂ ਕਿਹਾ ਵੀ ਤੁਸੀਂ ਬਾਦਲਾਂ ਦੇ ਜਿਹੜੀਆਂ ਗੱਲਾਂ ਸੀ ਉਹਨਾਂ ਦਾ ਸ਼ਿਕਾਰ, ਬਾਦਲਾਂ ਦੀ ਸਾਜਿਸ਼ ਦਾ ਸ਼ਿਕਾਰ ਹੋਏ ਆ ਜੀ, ਕਿਉਂਕਿ ਉਹ ਮੇਰਾ ਰਾਹ ਰੋਕਦੇ ਆ। ਬਾਦਲਾਂ ਦੇ ਜਿੰਨੇ ਕਰਿੰਦੇ ਹਰਿਆਣੇ 'ਚ ਸੀ ਉਹ ਤਾਂ ਫੇਲ ਹੋ ਗਏ ਮੇਰਾ ਰਾਹ ਰੋਕਣ 'ਚ, ਤੇ ਮੈਂ ਕਿਹਾ ਉਹ ਤੁਹਾਨੂੰ ਹੱਥ ਟੋਕਾ ਬਣਾਉਣਾ ਚਾਹੁੰਦੇ ਆ ਜੀ, ਤੁਹਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ। ਫਿਰ ਕੱਲ ਉਹਨਾਂ ਦੀ ਜਿਹੜੀ ਮਿਸਅੰਡਰਸਟੈਂਡਿੰਗ ਸੀ ਉਹ ਦੂਰ ਹੋ ਗਈ ਸੀ, ਤੇ ਕੱਲ ਜਿਹੜੀ ਗੱਲਬਾਤ ਸੀ ਉਹਨਾਂ ਦੀ, ਕਿਉਂਕਿ ਉਹਨਾਂ ਨੂੰ ਇਹ ਵੀ ਮਿਸਅੰਡਰਸਟੈਂਡਿੰਗ ਦਿੱਤੀ ਗਈ ਕਿ ਜਿਹੜਾ ਪਰਚਾ ਵਿਜੇ ਸਾਂਪਲਾ ਦੇ ਸਿਰਸਾ ਇੱਥੇ ਦਾਦੂਵਾਲ ਗੁਰਦੁਆਰੇ ਮੱਥਾ ਟੇਕਣ ਆਉਣ ਤੇ ਦਰਜ ਹੋਇਆ ਕੁਝ ਆਦਮੀਆਂ ਤੇ ਵੀ ਉਹ ਦਾਦੂਵਾਲ ਨੇ ਦਰਜ ਕਰਾਇਆ, ਜਦੋਂ ਕਿ ਨਾ ਤਾਂ ਮੇਰੇ ਵੱਲੋਂ ਕੰਪਲੇਂਟ ਆ ਜੀ, ਨਾ ਮੇਰੇ ਕਿਸੇ ਸਾਥੀ ਵੱਲੋਂ ਕੰਪਲੇਂਟ, ਨਾ ਹਰਿਆਣਾ ਕਮੇਟੀ ਵੱਲੋਂ, ਨਾ ਗੁਰਦੁਆਰੇ ਦੇ ਕਿਸੇ ਸੇਵਾਦਾਰ ਵੱਲੋਂ ਕੰਪਲੇਂਟ ਆ। ਉਹ ਤਾਂ ਪੁਲਿਸ ਦੀ ਕੰਪਲੇਂਟ ਦੇ ਉੱਤੇ ਹੀ, ਜਿਹੜੇ ਮੌਕੇ ਤੇ ਅਫਸਰ ਸੀ ਉਹਨਾਂ ਦੀ ਕੰਪਲੇਂਟ ਦੇ ਉੱਤੇ ਐਫ ਆਈ ਆਰ ਦਰਜ ਹੋਈ ਆ। ਉਹਦੇ ਬਾਰੇ ਵਿਜੇ ਸਾਂਪਲਾ ਖੁਦ ਉੱਥੇ ਜਿਹੜਾ ਸਿਰਸਾ ਕਹਿ ਕੇ ਗਏ ਸੀ ਆਪਣਾ, ਜਦੋਂ ਉਹ ਰੈਸਟ ਹਾਊਸ ਠਹਿਰੇ ਸੀ ਮੀਡੀਆ ਨੂੰ ਸੰਬੋਧਨ ਕਰਕੇ ਗਏ ਵੀ ਜਿਹਨਾਂ ਮੇਰਾ ਰਾਹ ਰੋਕਿਆ ਉਹਨਾਂ ਤੇ ਪਰਚਾ ਦਰਜ ਕਰੋ। ਮੈਂ ਤਾਂ ਉਲਟਾ ਸਗੋਂ ਸਟੇਟਮੈਂਟ ਦਿੱਤੀ ਸੀ, ਮੈਂ ਕਿਹਾ ਵੀ ਜਿੰਨੇ ਪਰਚੇ ਦਰਜ ਹੋਏ ਆ ਰੱਦ ਕਰਨੇ ਚਾਹੀਦੇ ਆ, ਜਿਹੜੇ ਬੰਦੇ ਹਾਜ਼ਰ ਵੀ ਨਹੀਂ ਉਹਨਾਂ ਤੇ ਵੀ ਪਰਚਾ ਦਰਜ ਆ, ਤੁਹਾਡਾ ਬਿਆਨ ਆਇਆ ਰੱਦ ਕਰਨਾ ਚਾਹੀਦਾ। ਤੁਸੀਂ ਵੀ ਸੁਣਿਆ ਅਖਬਾਰਾਂ 'ਚ ਵੀ ਛਪਿਆ, ਮੇਰੀਆਂ ਵੀਡੀਓ ਵੀ ਮੇਰੇ ਫੇਸਬੁੱਕ ਪੇਜ ਦੇ ਉੱਪਰ ਵੀ ਜਿਹੜੀਆਂ ਲਾਈਵ ਹੋਈਆਂ। ਪਰ ਕੁਝ ਬੰਦੇ ਜਿੱਦਾਂ ਦੇ ਕਹਿੰਦੇ ਹੁੰਦੇ ਆ ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਵੇ, ਸੂਰਜ ਚੜ੍ਹਦਾ ਤੇ ਉੱਲੂਆਂ ਦੇ ਦਿਲ ਨੂੰ ਡੋਬੇ ਪੈਣ ਲੱਗ ਜਾਂਦੇ ਆ। ਜਿਹੜੇ ਵੇਖ ਰਹੇ ਕਿ ਹਰਿਆਣੇ ਦੇ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕੰਮ ਜਿਹੜੇ ਕਰ ਰਹੀ ਆ ਤੇ ਬੜੇ ਵਧੀਆ ਤਰੀਕੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਤੇ ਧਰਮ ਪ੍ਰਚਾਰ ਕਰ ਰਹੀ ਆ। ਜਥੇਦਾਰ ਜੀ, ਫਿਰ ਜਦੋਂ ਤੁਹਾਡੀ ਚੰਡੂਨੀ ਸਾਹਿਬ ਦੇ ਨਾਲ ਇਸ ਵਿਸ਼ੇ ਤੇ ਮਿਸ ਅੰਡਰਸਟੈਂਡਿੰਗ ਨੂੰ ਲੈ ਕੇ ਗੱਲ ਹੋਈ ਤੇ ਚੰਡੂਨੀ ਸਾਹਿਬ ਨੇ ਫਿਰ ਅੱਗੋਂ ਤੁਹਾਨੂੰ ਕੀ ਕਿਹਾ ਸਰ?
ਫਿਰ ਉਹਨਾਂ ਨੇ ਇਹੀ ਗੱਲ ਕਿਹਾ ਕਹਿੰਦੇ ਕਿ ਮੈਨੂੰ ਮਿਸ ਗਾਈਡ ਕੀਤਾ ਗਿਆ, ਮੈਨੂੰ ਪੂਰੀ ਜਾਣਕਾਰੀ ਨਹੀਂ ਸੀਗੀ ਜੀ ਕਿ ਜੋ ਉਹਨਾਂ ਨੇ ਮੈਨੂੰ ਕਿਹਾ। ਮੈਂ ਕਿਹਾ ਫਿਰ ਇੱਕ ਜ਼ਿੰਮੇਵਾਰ ਬੰਦਾ ਮੇਰੇ ਨਾਲ ਗੱਲ ਕਰ ਸਕਦਾ, ਕਿਉਂਕਿ 10 ਦਿਨ ਪਹਿਲਾਂ ਤਾਂ ਤੁਸੀਂ ਮੇਰੇ ਨਾਲ ਗੱਲ ਕੀਤੀ ਆ। ਬਿਲਕੁਲ ਬਿਲਕੁਲ, 10 ਦਿਨ ਪਹਿਲਾਂ ਉਹਨਾਂ ਨੇ ਮੇਰੇ ਨਾਲ, ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਦੇਖਦਾ ਲੜਕਾ ਵਿਨਰ ਸਿੰਘ, ਉਹਦੇ ਫੋਨ ਤੋਂ ਮੇਰੇ ਨਾਲ ਗੱਲਬਾਤ ਕੀਤੀ ਸੀ ਲੁਧਿਆਣੇ ਨੂੰ ਜਾਂਦੇ ਆ ਜੀ। ਤੇ ਮੈਂ ਕਿਹਾ ਉਦਾਂ ਤਾਂ ਤੁਸੀਂ ਮੈਨੂੰ ਇੱਦਾਂ ਦੀ ਕੋਈ ਗੱਲ ਨਾ, ਉਦਾਂ ਤਾਂ ਤੁਹਾਨੂੰ ਮੈਂ ਏਜੰਟ ਨਾ ਲੱਗਿਆ, ਤੇ ਆਹ 10 ਦਿਨਾਂ ਬਾਅਦ ਹੀ ਤੁਹਾਨੂੰ ਮੈਂ ਏਜੰਟ ਲੱਗਣ ਲੱਗ ਗਿਆ ਵੀ ਤੁਸੀਂ ਲੋਕਾਂ ਦੀਆਂ ਗੱਲਾਂ ਚ ਆ ਕੇ, ਜਿਹੜਾ ਬਾਦਲ ਟੋਲਾ ਜਿਹੜਾ ਮੇਰਾ ਰਾਹ ਰੋਕਣਾ ਚਾਹੁੰਦਾ, ਉਹਨਾਂ ਦੀਆਂ ਗੱਲਾਂ ਚ ਆ ਕੇ ਬਾਦਲ ਟੋਲੇ ਦੀਆਂ, ਜਿਨ੍ਹਾਂ ਨੇ ਵਿਜੇ ਸਾਂਪਲਾ ਨੂੰ ਕਾਲਕਾ ਸਰ ਤੇ ਵੀ ਸਨਮਾਨ ਦਿੱਤਾ ਤੇ ਬੰਗਲਾ ਸਾਹਿਬ ਵੀ ਦਿੱਤਾ। ਦਾਦੂਵਾਲ ਸਾਹਿਬ, ਇਹ ਅਜਿਹਾ ਕੀ ਹੋ ਗਿਆ ਕਿ ਮਤਲਬ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ, ਉੱਥੇ ਉਹਨਾਂ ਦਾ ਸਨਮਾਨ ਹੋਇਆ, ਉਸ ਤੋਂ ਬਾਅਦ ਹੋਰ ਗੁਰੂ ਘਰ ਪਹੁੰਚੇ ਨੇ, ਜਦੋਂ ਉਹ ਤੁਹਾਡੇ ਕੋਲ ਪਹੁੰਚੇ ਨੇ ਤੇ ਵਿਵਾਦ ਖੜਾ ਹੋ ਗਿਆ, ਕੀ ਮਹਿਸੂਸ ਕਰਦੇ ਹੋ ਸਰ? ਬਸ ਇਹੀ ਗੱਲ ਸਮਝਣ ਦੀ ਲੋੜ ਹੈ, ਜਿਹੜੀ ਸਹੂਲਤ ਹੈ ਜੀ, ਲੋਕ ਸਮਝ ਨਹੀਂ ਰਹੇ, ਪਾਰਟੀਆਂ ਧੜਿਆਂ ਚ ਖੜੇ ਲੋਕ ਜਾਂ ਕਿਸੇ ਦੇ ਗੁਮਰਾਹ ਕੋਲ ਪ੍ਰਚਾਰ ਤੇ ਇੱਟ ਤੇ ਇੱਟ ਮਾਰੀ ਜਾਂਦੇ ਝੱਟ ਸ਼ਿਕਾਰ, ਇਹੀ ਗੱਲ ਸਮਝਣ ਦੀ ਲੋੜ ਆ ਕਿ ਜਿਹੜੇ ਬਾਦਲਾਂ ਦੀਆਂ ਕਮੇਟੀਆਂ ਨੇ ਉੱਥੇ, ਜਿੱਥੇ ਬਾਦਲਾਂ ਦਾ ਪ੍ਰਬੰਧ ਆ, ਉੱਥੇ ਦੇ ਵਿਜੇ ਸਾਂਵਲਾਂ ਦਾ ਸਨਮਾਨ ਆ ਤੇ ਸਵਾਗਤ ਆ, ਕੋਈ ਰੋਕ ਨੀ, ਕੋਈ ਵਿਰੋਧ ਨੀ ਆ। ਪਰ ਜਦੋਂ ਜਿੱਥੇ ਹਰਿਆਣਾ ਕਮੇਟੀ ਦਾ ਪ੍ਰਬੰਧ ਜਾਂ ਦਾਦੂਵਾਲ ਜਿੱਥੇ ਸੇਵਾ ਨਿਭਾਉਂਦਾ ਜੀ, ਉੱਥੇ ਵਿਜੇ ਸਾਂਵਲਾ ਮੱਥਾ ਟੇਕਣ ਜਾਂਦਾ ਜਾਂ ਕੋਈ ਡਿਸਕਸ ਕਰਨ ਜਾਂਦਾ ਕਿਸੇ ਐਸੀ ਮਸਲੇ ਨੂੰ, ਉੱਥੇ ਉਹਨਾਂ ਦਾ ਵਿਰੋਧ ਜਿਹੜਾ ਖੜਾ ਕਰਦੇ। ਇਹੀ ਗੱਲ ਸਮਝਣ ਦੀ ਲੋੜ ਆ ਕਿ ਬਾਦਲ ਜਿਹੜੇ ਆ ਉਹ ਨੀ ਚਾਹੁੰਦੇ ਜੀ ਕਿ ਜਿਹਨੂੰ ਅਸੀਂ ਫੜ ਕੇ ਜੇਲ੍ਹਾਂ ਚ ਡੱਕੀ ਰੱਖਦੇ ਰਹੇ, ਜਿਹਨਾਂ ਤੇ ਅਸੀਂ ਮੁਕੱਦਮੇ, ਅੱਜ ਵੀ ਮੈਂ ਬਾਦਲਾਂ ਦੇ ਪਾਏ ਮੁਕੱਦਮੇ ਭੁਗਤ ਰਿਹਾ ਜੀ, ਅੱਜ ਵੀ ਮੈਂ ਢਿੱਡੀਆਂ ਜੇਲ੍ਹਾਂ ਕੱਟੀਆਂ ਨੇ, ਮੁਕੱਦਮੇ ਝੱਲੇ, ਸਾਡੇ ਤਾਂ ਜੁੱਤੀਆਂ ਜੋੜੇ ਵੀ ਬਾਦਲ ਜਿਹੜਾ ਸੀ ਉਹ ਟਰੰਕਾਂ ਚ ਪਾ ਕੇ ਲੈ ਜਾਂਦੀ ਸੀ ਬਾਦਲਾਂ ਦੀ ਪੁਲਿਸ। ਉਹ ਇਹ ਇਸ ਗੱਲ ਤੋਂ ਖਫਾ ਹੁੰਦੇ ਆ ਕਿ ਜਿਹਨਾਂ ਨੂੰ ਅਸੀਂ ਜੇਲ੍ਹਾਂ ਚ ਡੱਕ ਕੇ ਰੱਖਦੇ ਸੀ, ਅੱਜ ਉਹ ਹਰਿਆਣਾ ਕਮੇਟੀ ਦਾ ਹੈੱਡ ਬਣ ਗਿਆ। ਜਿਹਨਾਂ ਨੂੰ ਅਸੀਂ ਜੇਲ੍ਹਾਂ ਚ ਡੱਕ ਕੇ ਰੱਖਦੇ ਸੀ, ਉਹਨਾਂ ਨਾਲ ਵਿਜੇ ਸਾਂਪਲਾ ਮੁਲਾਕਾਤ ਕਰਨ ਜਾ ਰਿਹਾ ਜਾਂ ਉੱਥੇ ਮੱਥਾ ਟੇਕਣ ਜਾ ਰਿਹਾ, ਉਹਨਾਂ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ। ਉਹਨਾਂ ਨੂੰ ਇਹ ਆ ਕਿ ਹਰਿਆਣਾ ਕਮੇਟੀ ਤਾਂ ਸਾਡੇ ਤੋਂ ਖੋਲੀ, ਹਰਿਆਣੇ ਦੇ ਹੈੱਡ ਤਾਂ ਬਣ ਗਏ, ਵੀ ਕੱਲ ਨੂੰ ਦਿੱਲੀ ਕਮੇਟੀ ਤੇ ਪਰਸੋਂ ਨੂੰ ਸ਼੍ਰੋਮਣੀ ਕਮੇਟੀ ਵੀ ਸਾਡੇ ਕੋਲੋਂ ਹੋ ਸਕਦੇ ਆ। ਜਿਹੜੇ ਬੰਦੇ ਲੱਗੇ ਹੋਏ ਆ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਤੇ ਸਾਡੀ ਜਿਹੜੀ ਭੋਲੀ ਭਾਲੀ ਸੰਗਤ ਜਿਹੜੀ ਆ ਉਹ ਇਹਨਾਂ ਲੋਕਾਂ ਦੀਆਂ ਗੱਲਾਂ ਚ ਗੁੰਮਰਾਹ ਹੋ ਜਾਂਦੀ ਆ। ਮਤਲਬ ਜਥੇਦਾਰ ਜੀ, ਹੁਣ ਗੁਰਨਾਮ ਸਿੰਘ ਚੰਡੂਨੀ ਔਰ ਜਿਹੜਾ ਅਸੀਂ ਲਿਖਿਆ ਸੀ ਗੁਰਨਾਮ ਸਿੰਘ ਚੰਡੂਨੀ ਵਰਸਿਸ ਬਲਜੀਤ ਸਿੰਘ ਦਾਦੂਵਾਲ, ਉਹ ਹੁਣ ਸੁਲਹ ਸਫਾਈ ਜਿਹੜੀ ਆ ਮਿਸਟਰ ਅੰਡਰਸਟੈਂਡਿੰਗ ਦੂਰ ਹੋ ਚੁੱਕੀ ਹੈ। ਕੱਲ ਦੇਖੋ ਜਿਹੜੀ ਮੇਰੇ ਨਾਲ ਫੋਨ ਤੇ ਗੱਲਬਾਤ ਹੋਈ ਹੈ, ਜਿਹਦੇ ਵਿੱਚ ਜਰਮਨ ਤੋਂ ਸੰਗ ਸਿੰਘ ਸੀ ਜਿਨ੍ਹਾਂ ਨੇ ਫੋਨ ਲਾਇਆ ਸੀ, ਉਹਨਾਂ ਨੂੰ ਤੇ ਮੈਨੂੰ ਵੀ ਕਾਨਫਰੰਸ ਤੇ ਜੋੜਿਆ ਜੀ, ਉਹਨਾਂ ਦੇ ਸਾਹਮਣੇ ਤਾਂ ਸਾਰੀ ਮਿਸ ਅੰਡਰਸਟੈਂਡਿੰਗ ਉਹਨਾਂ ਦੀ ਹੋ ਗਈ ਦੂਰ। ਰਾਤ ਨੂੰ ਕੱਲ ਇੱਕ ਪੰਜਾਬੀ ਚੈਨਲ ਤੇ ਉਹਨਾਂ ਨੇ ਵੀ ਰੱਖਿਆ ਸੀਗਾ ਪ੍ਰੋਗਰਾਮ 7 ਵਜੇ, ਉਹਨਾਂ ਨੇ ਵੀ ਮੈਨੂੰ ਲਿਆ ਸੀਗਾ ਲਾਈਵ, ਤਾਂ ਉਹਦੇ ਚ ਵੀ ਮੈਂ ਆਪਣੀ ਸਟੇਟਮੈਂਟ ਜਿਹੜੀ ਸੀ ਦੇਤੀ ਸੀ ਉਹਨਾਂ ਦੇ, ਉਹਨਾਂ ਨੂੰ ਜੋੜਦੇ ਰਹੇ, ਉਹ ਜੁੜ ਨਹੀਂ ਸਕੇ ਗੁਰਨਾਮ ਸਿੰਘ ਚੰਡੂਨੀ ਉਹਦੇ ਤੇ ਜੀ। ਪਰ ਉਹਨਾਂ ਨੇ ਜੋ ਜੋ ਮੈਨੂੰ ਕਿਹਾ ਮੈਂ ਉਸ ਬਿਹਾਵ ਦੇ ਉੱਤੇ ਕਹਿ ਮਤਲਬ ਆਉਣ ਵਾਲੇ ਦਿਨਾਂ ਵਿੱਚ ਚੰਡੂਨੀ ਆਉਣ ਵਾਲੇ ਦਿਨਾਂ ਵਿੱਚ ਜਥੇਦਾਰ ਜੀ ਚੰਡੂਨੀ ਸਾਹਿਬ ਦਾ ਤੁਹਾਨੂੰ ਲੈ ਕੇ, ਤੁਹਾਡੇ ਪਰਸਨਲ ਕਰੀਅਰ ਨੂੰ ਲੈ ਕੇ ਕੋਈ ਵੀ ਅਜਿਹਾ ਬਿਆਨ ਆਉਣ ਦੀ ਨਹੀਂ ਸੰਭਾਵਨਾ ਤੁਹਾਨੂੰ? ਮੇਰਾ ਖਿਆਲ ਆ ਕਿ ਹੁਣ ਇਹੋ ਜਿਹੀ ਕੋਈ ਗੱਲ ਰਹੀ ਨਹੀਂ ਆ, ਬਾਕੀ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਕਿਉਂਕਿ ਕੱਲ ਗੱਲਬਾਤ ਹੋਈ ਉਹਦੇ ਵਿੱਚ ਤਾਂ ਇਹੋ ਜਿਹੀ ਗੱਲ ਨਹੀਂ, ਕੋਈ ਥਾਂ ਨਹੀਂ ਰਿਹਾ। ਉਹਨਾਂ ਨੇ ਖੁਦ ਮੰਨਿਆ ਕਿ ਉਹਨਾਂ ਨੂੰ ਅਧੂਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ, ਮਿਸ ਗਾਈਡ ਕੀ। ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਜ਼ਰੂਰ ਉਹਨਾਂ ਤੋਂ ਜਾਣਕਾਰੀ ਲੈ ਲਿਓ। ਇੱਕ ਜ਼ਿੰਮੇਵਾਰ ਬੰਦੇ ਨੂੰ ਕਿਸੇ ਬਾਰੇ ਸਟੇਟਮੈਂਟ ਦੇਣ ਤੋਂ ਪਹਿਲਾਂ 100 ਵਾਰੀ ਜ਼ਰੂਰ ਸੋਚਣਾ ਚਾਹੀਦਾ। ਸੋ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਇਸ ਸਮੇਂ ਮੇਰੇ ਨਾਲ ਜੁੜੇ ਸਨ, ਜਿਹੜੇ ਕਿ ਦੱਸ ਰਹੇ ਸਨ ਕਿ ਮੇਰੀ ਗੁਰਨਾਮ ਸਿੰਘ ਚੰਡੂਨੀ ਦੇ ਨਾਲ ਸੰਗਤ ਦੇ ਨਾਲ ਇੱਕ ਪ੍ਰੈਸ ਮਤਲਬ ਕਹਿ ਸਕਦੇ ਫੋਨ 'ਤੇ ਇੱਕ ਕਾਨਫਰੰਸ ਹੋਈ ਸੀਗੀ। ਉਸ ਕਾਨਫਰੰਸ ਦੇ ਜ਼ਰੀਏ ਚੰਡੂਨੀ ਸਾਹਿਬ ਨੇ ਗੱਲ ਕਹੀ ਹੈ ਕਿ ਮੇਰੇ ਕੋਲ ਅਧੂਰੀ ਜਾਣਕਾਰੀ ਦਿੱਤੀ ਗਈ ਹੈ ਔਰ ਮੈਨੂੰ ਅਜਿਹਾ ਕੋਈ ਮਤਲਬ ਤੱਥਾਂ ਬਾਰੇ ਨਹੀਂ ਸੀ ਪਤਾ। ਲੇਕਿਨ ਚੰਡੂਨੀ ਸਾਹਿਬ ਤੁਹਾਡੇ 'ਤੇ ਵੀ ਇੱਕ ਪ੍ਰੈਸ਼ਨ ਚਿੰਨ ਖੜਾ ਹੋ ਰਿਹਾ ਨਾ, ਵੀ ਤੁਸੀਂ ਇੰਨੇ ਸੁਲਝੇ ਹੋਏ ਇਨਸਾਨ ਹੋ, ਬਿਨਾਂ ਤੱਥ ਤੋਂ ਬਿਨਾਂ ਮਤਲਬ ਉਸ ਗੱਲ ਤੋਂ ਜਾਣਕਾਰੀ ਤੋਂ ਤੁਹਾਡਾ ਵੀ ਫਰਜ਼ ਨਹੀਂ ਬਣਦਾ ਸੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੋ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਤੌਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਪ੍ਰਧਾਨ ਦੇ ਤੌਰ 'ਤੇ ਸੇਵਾ ਨਿਭਾ ਰਹੇ ਨੇ, ਇੱਕ ਬਹੁਤ ਵਧੀਆ ਪਰਸਨੈਲਿਟੀ ਹੈ, ਉਹਨਾਂ ਦੇ ਸੰਬੰਧ ਵਿੱਚ ਕੋਈ ਵੀ ਬਿਆਨ ਲੱਗਣ ਤੋਂ ਪਹਿਲਾਂ ਕੁਛ ਨਾ ਕੁਛ ਉਹਨਾਂ ਬਾਰੇ ਸਰਚ ਜ਼ਰੂਰ ਕਰਨੀ ਚਾਹੀਦੀ ਸੀ। ਸੋ ਜਥੇਦਾਰ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਏਵਨ ਪੰਜਾਬੀ ਚੈਨਲ ਨਾਲ ਗੱਲਬਾਤ ਕੀਤੀ ਹੈ ਸਰ। ਧੰਨਵਾਦ ਜੀ, ਤੁਹਾਡਾ ਵੀ, ਸੋਤਾ ਸਾਹਿਬ ਦੇ ਸਾਰੇ ਸਰੋਤਿਆਂ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਮੇਰੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ। ਕਿਸ ਤਰ੍ਹਾਂ ਦੀ ਲੱਗੀ ਗੱਲਬਾਤ, ਫੀਡਬੈਕ ਜ਼ਰੂਰ ਦੇਣੀ। ਅੰਤ ਵਿੱਚ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ, ਮੈਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ। ਫ੍ਰੀ ਲੀਫ ਆਯੁਰਵੈਦਿਕ ਆਇਲ, 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ
दर्द क्यों ना हुंदी होवे, इत्थों तक कि ब्लॉकेज दे नाल बनियां कई बीमारियां दा इक्को एक इलाज है फ्री रिलीफ आयुर्वैदिक ऑयल, यानी कि 125 बीमारियां दा संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियांदा है रौनक। फ्री रिलीफ पावर, कब्ज़ तो परेशान होने की हुण जरूरत नहीं है, कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।